ਸੋ ਹਾਈ एवरीवन ਤੇ ਹੁਣ ਆਪਾਂ ਨਾਲ ਹੈਗੇ ਆ ਜੀ ਜੋਲੀ ਭਾਜੀ ਦੇ ਜੋਲੀ ਭਾਜੀ ਪ੍ਰਭ ਭਾਈ ਦੇ ਛੋਟੇ ਭਰਾ ਨੇ ਸ਼ੈਰੀਡਨ ਪੜਦੇ ਨੇ ਆਪਾਂ ਸ਼ੈਰੀਡਨ ਦੇ ਹਾਲੇ ਬਾਹਰ ਹੀ ਖੜੇ ਆ ਬਿਲਕੁਲ ਤੇ ਭਾਈ ਨਾਲ ਹੁਣ ਆਪਾਂ ਅੰਦਰ ਜਾਣ ਲੱਗੇ ਆ ਨਾਲ ਗੱਲ ਕਰਾਂਗੇ ਵੀ ਕਾਲਜ ਦੇ ਰਿਵਿਊਜ਼ ਭਾਈ ਦੇ ਕਿੱਦਾਂ ਦੇ ਹੈਗੇ ਆ ਕਿੱਦਾਂ ਦਾ ਭਾਈ ਦਾ ਐਕਸਪੀਰੀਅੰਸ ਹੈਗਾ ਤੇ ਚੱਲੀਏ ਸਰ ਅੰਦਰ ਚਲੋ ਠੀਕ ਹੈ ਹਾਂਜੀ ਤੇ ਇਹ ਮੇਨ ਐਂਟਰੈਂਸ ਹੈ ਕਾਲਜ ਦੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਤੁਹਾਡਾ ਮਤਲਬ ਫਸਟ ਐਕਸਪੀਰੀਅੰਸ ਕਿੱਦਾਂ ਦਾ ਸੀ ਫਸਟ ਇੰਪ੍ਰੈਸ਼ਨ ਕਾਲਜ ਬਾਰੇ ਕਿੱਦਾਂ ਦਾ ਸੀ ਫਸਟ ਡੇ ਦਾ ਵੀਰੇ ਪਤਾ ਨਹੀਂ ਚੱਲਿਆ ਕੀ ਹੋ ਗਿਆ ਥੋੜੇ ਦਿਨ ਬਾਅਦ ਚੱਲਿਆ ਅੱਛਾ ਇਹ ਹੈਗੀ ਆ ਮੇਨ ਐਂਟਰੈਂਸ ਹੈ ਨਾ ਸਾਰੀ ਯੈਸ ਇਹ ਮੇਨ ਐਂਟਰੈਂਸ ਤੇ ਹੁਣ ਆਪਾਂ ਕਿੱਥੇ ਸਾਨੂੰ ਲੈ ਕੇ ਜਾ ਰਹੇ ਭਾਈ ਤੁਸੀਂ ਇਹ ਬੇਵਿੰਗਾ ਆਪਾਂ ਲਾਇਬ੍ਰੇਰੀ ਵੱਲ ਚੱਲਦੇ ਆ ਲਾਇਬ੍ਰੇਰੀ ਵੱਲ ਚੱਲੋ ਇੱਥੋਂ ਸਟਾਰਟ ਹੋ ਜਾਂਦਾ ਨਾ ਮੇਨ ਲਈ ਠੀਕ ਹੈ ਹਾਂ ਚੱਲੀ ਜਾ ਕੇ ਅੱਛਾ ਇਹ ਲੇਖ ਤੋ ਅਭੀ ਜੋ ਆਪਣੇ ਬਿਲਡਿੰਗ ਦੇਖੀ ਥੀ ਪੀਛੇ ਹਮ ਉਸਕੇ ਥਰੂ ਬਿਲਡਿੰਗ ਕੇ ਥਰੂ ਹੋਤੇ ਹੋਏ ਪੀਛੇ ਇੱਕ ਲੇਕ ਕੇ ਪਾਸ ਆਏ ਹੈ ਔਰ ਯਹਾਂ ਪੇ ਬੈਠੇ ਹੈ ਗਾਰਡਨ ਮੇਂ ਅਬ ਯਹਾਂ ਪੇ ਹਮ ਥੋੜਾ ਡਿਸਕਸ ਕਰੇਂਗੇ ਸ਼ੈਰੀਡਨ ਕਾਲਜ ਕੇ ਬਾਰੇ ਮੇਂ ਬ੍ਰੈਮਟਨ ਸਿਟੀ ਕੇ ਬਾਰੇ ਮੇਂ ਜੋਲੀ ਆਪ ਬਤਾਓ ਕਿ ਆਪ ਕਿਸ ਪ੍ਰੋਗਰਾਮ ਮੇਂ ਹੋ ਅਭੀ ਮੈਂ ਕੈਮੀਕਲ ਲੈਬ ਟੈਕਨੀਸ਼ੀਅਨ ਮੇਂ ਹੂੰ ਕੈਮੀਕਲ ਲੈਬ ਟੈਕਨੀਸ਼ੀਅਨ ਤੋ ਆਪ 12th ਕੇ ਬਾਅਦ ਆਏ ਥੇ ਹਾਂਜੀ ਹਾਂਜੀ ਔਰ ਜਬ ਆਪ ਯਹਾਂ ਪੇ ਆਏ ਤੋ ਆਪਕੋ ਲਾਈਕ ਫਸਟ ਇੰਪ੍ਰੈਸ਼ਨ ਆਪਕਾ ਕਾਲਜ ਕੇ ਪ੍ਰਤੀ ਕੈਸਾ ਥਾ ਫਸਟ ਹੀ ਤੋ ਬੜਾ ਅੱਛਾ ਮਤਲਬ ਲਗਾ ਮਤਲਬ ਕਿ ਬਹੁਤ ਅੱਛਾ ਹੈ ਮਤਲਬ ਕਲਾਸਿਸ ਵੀ ਬੜੀ ਮਾਈਲਡ ਸੀ ਥੀ ਉਸਕੇ ਬਾਅਦ ਥੋੜਾ ਥੋੜਾ ਮਤਲਬ ਉਹ ਸਟ੍ਰੈਸ ਬਹੁਤ ਬੜ ਗਿਆ ਪੜ੍ਹਾਈ ਕਾ ਰਾਈਟ ਮਤਲਬ ਕਿਉਂਕਿ ਮੇਰੇ ਪਾਸ ਕੈਮਿਸਟਰੀ ਹੈ ਕੈਮਿਸਟਰੀ ਹੈ ਮਾਈਕਰੋਬਾਇਓਲੋਜੀ ਹੈ ਤੋ ਮਤਲਬ ਮੇਰਾ ਮੋਸਟਲੀ ਸਾਰਾ ਟਾਈਮ ਪੜ੍ਹਾਈ ਵੀ ਨਿਕਲ ਜਾਂਦਾ ਹੈ ਅੱਛਾ ਕਿਉਂਕਿ ਅਬ ਪੜ੍ਹਾਈ ਓਬਵੀਅਸਲੀ ਪੜ੍ਹਾਈ ਕਰਨੇ ਆਏ ਹੋ ਤੋ ਪੜ੍ਹਾਈ ਅੱਛੀ ਬਾਤ ਹੈ ਅਗਰ ਯਹਾਂ ਪੇ ਉਸ ਲੈਵਲ ਕੇ ਅਗਰ ਆਪਨੇ ਕੋਰਸਿਸ ਚੂਜ਼ ਕੀਏ ਹੈ ਤੋ ਓਬਵੀਅਸਲੀ ਆਪਕਾ ਕਰਿਕੁਲਮ ਥੋੜਾ ਵੈਸਾ ਹੋ ਜਾਏਗਾ ਕਿ ਆਪ ਥੋੜਾ ਬਿਜ਼ੀ ਰਹੋਗੇ ਸਟੱਡੀਜ਼ ਮੇਂ ਵੀ ਉਸਕੇ ਇਲਾਵਾ ਫਿਰ ਪਾਰਟ ਟਾਈਮ ਜੌਬ ਕਾ ਆਪਕੋ ਟਾਈਮ ਮਿਲ ਜਾਂਦਾ ਹੈ ਪਾਰਟ ਟਾਈਮ ਜੋ ਆਪਕਾ ਮੁਝੇ ਸਿਰਫ ਵੀਕਐਂਡ ਪੇ ਮਿਲਦਾ ਬਿਕੋਜ਼ ਮੇਰੀ 5 ਡੇਸ ਕਲਾਸਿਸ ਹੁੰਦੀ ਹੈ ਤੋ ਮੈਂ ਮਤਲਬ ਬਸ ਵੀਕਐਂਡਸ ਪੇ ਕੰਮ ਕਰਤਾ ਹੂੰ ਸੈਟਰਡੇ ਐਂਡ ਸੰਡੇ ਠੀਕ ਹੈ ਤੋ ਅਗਰ ਸੈਟਰਡੇ ਸੰਡੇ ਕੰਮ ਕਰਤੇ ਹੋ ਤੋ ਆਪਕੋ ਵੈਸੀ ਕੋਈ ਜੌਬ ਮਿਲਨੇ ਮੇਂ ਜਿਸਕੀ ਅਵੇਲੇਬਿਲਿਟੀ ਸਿਰਫ ਸੈਟਰਡੇ ਸੰਡੇ ਕੇ ਹਿਸਾਬ ਸੇ ਆਪਕੋ ਵਹਾਂ ਪੇ ਸ਼ਿਫਟਸ ਮਿਲੇ ਤੋ ਵੈਸੀ ਜੌਬ ਢੂੰਢਨੇ ਮੇਂ ਆਪਕੋ ਕਿਤਨਾ ਟਾਈਮ ਲੱਗ ਗਿਆ ਥਾ ਵੋ ਮੁਝੇ 5 ਮੰਥਸ ਲਗੇ ਲਾਈਕ 4-5 ਮਹੀਨੇ ਕਾ ਟਾਈਮ ਆਪਕੋ ਲੱਗ ਗਿਆ ਤੋ ਆਪਕੋ ਕਿਆ ਲੱਗ ਰਿਹਾ ਕਿ ਇਤਨਾ ਟਾਈਮ ਸਭੀ ਕੋ ਇਤਨਾ ਟਾਈਮ ਲੱਗ ਜਾਤਾ ਹੈ ਯਾ ਆਪਕੋ ਹੀ ਲਗਾ ਬਸ ਐਸਾ ਕੁਛ ਐਕਚੁਅਲੀ ਮੁਝੇ ਚਾਹੀਦੀ ਥੀ ਸਿਕਿਉਰਿਟੀ ਕੀ ਜੌਬ ਰਾਈਟ ਤੋ ਉਸਕੋ ਜ਼ਿਆਦਾ ਟਾਈਮ ਲਗਾ ਜੋ ਦੂਸਰੀ ਜੌਬਸ ਹੈ ਥੋੜੀ ਬਹੁਤ ਜਲਦੀ ਮਿਲ ਜਾਤੀ ਹੈ ਜੋ ਯਾਨੀ ਕਿ ਯਹਾਂ ਪੇ ਆਸ ਪਾਸ ਇੰਡਸਟਰੀਜ਼ ਮੇਂ ਹੈ ਯਾ ਫੈਕਟਰੀਜ਼ ਮੇਂ ਕਹੀਂ ਪੇ ਅਗਰ ਸਟੂਡੈਂਟਸ ਨੇ ਜੌਬ ਕਰਨੀ ਹੈ ਵੋ ਈਜ਼ੀਲੀ ਮਿਲ ਜਾਤੀ ਹੈ ਔਰ ਬ੍ਰੈਮਟਨ ਸਿਟੀ ਕੇ ਪੁਆਇੰਟ ਆਫ ਵਿਊ ਸੇ ਆਪਕੋ ਕੈਸਾ ਲਗਾ ਇਹ ਸ਼ਹਿਰ ਕਲਚਰ ਕੈਸਾ ਹੈ ਯਹਾਂ ਕਾ ਯਾ ਆਪਕਾ ਸ਼ਹਿਰ ਕੇ ਪ੍ਰਤੀ ਐਕਸਪੀਰੀਅੰਸ ਕੈਸਾ ਰਹਾ ਮੋਸਟਲੀ ਪੰਜਾਬੀ ਹੈ ਮਤਲਬ ਕੁਛ ਐਸਾ ਹੈ ਨਹੀਂ ਕਿ ਮਤਲਬ ਹਮੇ ਕੁਛ ਮਿਲਤਾ ਨਾ ਹੋ ਜੋ ਵੀ ਲੈਣਾ ਮਤਲਬ ਹਮੇ ਪੰਜਾਬ ਮੇਂ ਮਿਲਤਾ ਹੈ ਵੋ ਸਭ ਕੁਛ ਯਹਾਂ ਪੇ ਮਿਲ ਜਾਤਾ ਹੈ ਮਤਲਬ ਜਿਹੜੀ ਚੀਜ਼ ਆਪਾਂ ਪੰਜਾਬ ਚ ਐਕਸਪੀਰੀਅੰਸ ਕਰਦੇ ਹੀ ਉਹ ਸਾਰੀਆਂ ਬ੍ਰੈਮਟਨ ਚ ਹੈਗੀਆਂ ਹੈ ਨਾ ਕਿਉਂਕਿ ਮੈਂ ਜਦੋਂ ਹਲੇ ਅੰਦਰੋਂ ਆ ਵੀ ਰਿਹਾ ਸੀ ਬਿਲਡਿੰਗਸ ਦੇ ਅੰਦਰੋਂ ਮਤਲਬ ਜ਼ਿਆਦਾਤਰ ਜਿਹੜੇ ਸਟੂਡੈਂਟਸ ਹੈਗੇ ਉਹ ਸਾਰੇ ਪੰਜਾਬ ਦੇ ਹੈ ਵਾਟ ਅਬਾਊਟ ਪ੍ਰੋਫੈਸਰਸ ਪ੍ਰੋਫੈਸਰਸ ਕਹਾਂ ਕੇ ਹੈ ਪ੍ਰੋਫੈਸਰਸ ਮੋਸਟਲੀ ਮੈਕਸੀਕੋ ਜਾਂ ਕੈਨੇਡੀਅਨਸ ਅੱਛਾ ਜਾਂ ਜਰਮਨੀ ਇਧਰ ਪਤਾ ਗੱਲ ਕੀ ਹੁਣ ਇੱਥੇ ਆਪਾਂ ਮਤਲਬ ਪੜ੍ਹਨਾ ਵੀ ਤੇ ਕੰਮ ਵੀ ਕਰਨਾ ਮੈਂ ਬਹੁਤ ਸਾਰਾ ਟਾਈਮ ਮੈਂ ਬੈਠ ਕੇ ਪੜ੍ਹਦਾ ਮੈਂ ਤਾਂ ਹੀ ਉਹ ਚੂਜ਼ ਕੀਤਾ ਠੀਕ ਹੈ ਮਤਲਬ ਪੜ੍ਹਨਾ ਜ਼ਿਆਦਾ ਪੈਂਦਾ ਹੈ ਨਾ ਕੋਰਸ ਪੜ੍ਹੇ ਧਿਆਨ ਨਾਲ ਚੂਜ਼ ਕਰਨਾ ਪਏਗਾ ਵੀ ਕਿਹੜਾ ਕੋਰਸ ਆ ਤੁਹਾਡੀ ਪ੍ਰਾਇੋਰਟੀਜ਼ ਕੀ ਹੈ ਜੋ ਪ੍ਰਾਇੋਰਟੀ ਕਿ ਪੜ੍ਹਾਈ ਪ੍ਰਾਇੋਰਟੀ ਹੋ ਜੇ ਪੜ੍ਹਾਈ ਪ੍ਰਾਇੋਰਟੀ ਫਿਰ ਓਬਵੀਅਸਲੀ ਜ਼ਿਆਦਾ ਪੜ੍ਹਨ ਵਾਲਾ ਕੋਰਸ ਲਓ ਤੇ ਹੁਣ ਆਪਾਂ ਵਾਪਸ ਜਾਣ ਲੱਗੇ ਹਾਂ ਪ੍ਰਭ ਬਾਹਰ ਵੇਟ ਕਰ ਰਿਹਾ ਮੇਰੀ ਵੀ ਤੇ ਜੋਲੀ ਦੀ ਵੀ ਤੇ ਆਪਾਂ ਜਾਂਦੇ ਜਾਂਦੇ ਇੱਕ ਹੋਰ ਵਾਰ ਟੂਰ ਮਾਰ ਕੇ ਆਉਂਦੇ ਹਾਂ ਥੋੜ੍ਹੀ ਬਹੁਤੀ ਜਿਹੜੀ ਜੋਲੀ ਨੂੰ ਵਧੀਆ ਲੱਗਦੀਆਂ ਚੀਜ਼ਾਂ ਕਾਲਜ ਬਾਰੇ ਉਹ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਜਾਂਦੇ ਹਾਂ ਵਾਪਸ ਚਲੋ ਕਾਲਜ ਕਾਫੀ ਵੱਡਾ ਹੈ ਵੈਸੇ ਸ਼ੈਰੀਡਨ ਹੈ ਨਾ ਹਾਂਜੀ ਇੱਥੇ ਦੋ ਕੈਂਪਸ ਹੋਰ ਨੇ ਕੋਕਵਿਲ ਚ ਉਸ ਤੋਂ ਵੀ ਵੱਡਾ ਵੀਰੇ ਅੱਛਾ ਮਤਲਬ ਸਭ ਤੋਂ ਵੱਡਾ ਕੈਂਪਸ ਆਪਾਂ ਸਭ ਤੋਂ ਵੱਡੇ ਵਾਲੇ ਚ ਹਾਂ ਕਿ ਕਿਹੜੇ ਹੋ ਓਕਵਿਲ ਵਾਲਾ ਸਭ ਤੋਂ ਵੱਡਾ ਅੱਛਾ ਓਕਵਿਲ ਚ ਜਿਹੜਾ ਸ਼ੈਰੀਡਨ ਕਾਲਜ ਦਾ ਕੈਂਪਸ ਹੈ ਉਹ ਸਭ ਤੋਂ ਵੱਡਾ ਹੈ ਹਾਂਜੀ ਤੇ ਇਹ ਮਤਲਬ ਸੈਕਿੰਡ ਨੰਬਰ ਤੇ ਹੈ ਇਹ ਸੈਕਿੰਡ ਨੰਬਰ ਤੇ ਹੈ ਸੈਕਿੰਡ ਨੰਬਰ ਤੇ ਥਰਡ ਤੇ ਮਿਸਿਸ ਆਗਾ ਮਤਲਬ ਤਿੰਨ ਕੈਂਪਸਸ ਹੈ ਹਾਂਜੀ ਹਾਂਜੀ ਯੂਨੀਵਰਸਿਟੀਆਂ ਨਾਲੋਂ ਵੱਡੇ ਤਾਂ ਇੱਥੇ ਕਾਲਜ ਬਣੇ ਹੋਏ ਆ ਵੈਸੇ ਹੈ ਨਾ ਠੀਕ ਹੈ ਤੇ ਓਕਵਿਲ ਵਾਲਾ ਮਤਲਬ ਇਸ ਤੋਂ ਕਿੰਨਾ ਕੁ ਵੱਡਾ ਕਿਉਂਕਿ ਮੈਨੂੰ ਆਲਰੇਡੀ ਬਹੁਤ ਵੱਡਾ ਲੱਗ ਰਿਹਾ ਹੈ ਕਾਲਜ ਤੋਂ ਮੰਨਾਂ ਦਾ ਹੋਊਗਾ 2 ਟਾਈਮਸ 2 ਟਾਈਮਸ ਚਲੋ ਵਧੀਆ ਹੈ ਤੇ ਕੋਰਸਸ ਦੋਵੇਂ ਜਗ੍ਹਾ ਸੇਮ ਆ ਜਾਂ ਕੋਰਸਸ ਵੰਡੇ ਹੋਏ ਆ ਥੋੜੇ ਕੋਰਸਸ ਇੱਧਰ ਆ ਥੋੜੇ ਕੋਰਸਸ ਲੱਗਨੇ ਜਿਵੇਂ ਇੱਥੇ ਮੋਸਟਲੀ ਹੈਗਾ ਸਾਇੰਸਸ ਦੀ ਫੈਕਲਟੀ ਆ ਤੇ ਬਿਜ਼ਨਸ ਦੀ ਇੱਥੇ ਤੇ ਬਾਕੀ ਜਿਹੜੀ ਬਾਕੀ ਬਿਜ਼ਨਸ ਦੇ ਐਂਡ ਆਰਟਸ ਕੋਰਸਸ ਨੇ ਉਹ ਕਬਲ ਨੇ ਮਿਸ ਆਗਾ ਨੇ ਅੱਛਾ 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 ਤੇ ਕੰਪਿਊਟਰ ਕੋਰਸਸ ਜਾਂ ਹੋਰ ਇੱਥੇ ਮਕੈਨੀਕਲ ਐਂਡ ਸਾਇੰਸ ਦੇ ਆ ਠੀਕ ਹੈ ਤੇ ਬੱਸ ਮੇਰੇ ਖਿਆਲ ਨਾਲ ਇੱਥੇ ਇੱਧਰ ਤੱਕ ਆ ਜਾਂਦੀ ਹੈ ਨਾ ਬੱਸ ਸਟਾਪ ਤੱਕ ਬਿਲਕੁਲ ਕਾਲਜ ਦੇ ਕੋਲ ਤੱਕ ਆਉਂਦੀ ਹੈ ਕਿਧਰ ਆ ਤੇ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਸਾਰਿਆਂ ਵਾਸਤੇ ਇੱਥੇ ਆ ਕੇ ਬਸ ਜ਼ੋਰ ਨਾਲ ਪੜ੍ਹ ਲਿਓ ਮਤਲਬ
ਫੋਕਸ ਸਟੱਡੀ ਤੇ ਰੱਖਿਓ ਜ਼ਿਆਦਾ ਬਿਕੋਜ਼ ਸਟ੍ਰਿਕਟ ਮਾਰਕਿੰਗ ਹੈ ਜ਼ਿਆਦਾ ਤੇ ਪੜ੍ਹਨਾ ਜ਼ਿਆਦਾ ਪੈਂਦਾ। ਠੀਕ ਹੈ, ਚਲੋ ਇਹ ਤਾਂ ਵਧੀਆ ਸੁਜੈਸ਼ਨ ਹੈ ਵੀ ਜੇ ਪੜ੍ਹਨ ਆ ਰਹੇ ਹੋ ਤਾਂ ਪੜ੍ਹ ਲੈਣਾ, ਮਤਲਬ ਇਹ ਨਹੀਂ ਕਿ ਜੇ ਤੁਸੀਂ ਪ੍ਰਾਇਓਰਟੀਜ਼ ਤੁਹਾਡੀਆਂ ਕੁਛ ਹੋਰ ਹੈ ਤੁਸੀਂ ਚਾਹੁੰਦੇ ਹੋ ਵੀ ਆਰਾਮ ਨਾਲ ਸਮੈਸਟਰ ਨਿਕਲ ਜਾਏ ਤਾਂ ਇੱਦਾਂ ਨਹੀਂ ਹੋਣਾ, ਪੜ੍ਹਨਾ ਪੈਣਾ ਤੁਹਾਨੂੰ, ਮਤਲਬ ਪੜ੍ਹਾਈ ਦੇ ਮੋਟਿਵ ਨਾਲ ਆਉਣਾ। ਸੋ ਦੈਟਸ ਇਟ, ਆਈ ਹੋਪ ਇਟ ਹੈਲਪਸ, ਸੀ ਯੂ।